हाँ जी दोस्तों, जय बाबा खेतरपाल जी की। मैं थोड़ा रणदीप गिल, प्रोड्यूसर आर एस रिकॉर्ड और वीडियो डायरेक्टर रजत फिल्म। तो मैं थैंक्स करदा सारे का कल सानू साडे कुल देवता बाबा खेतरपाल जी की कृपा ना उन्हां दी रहमत सदके कल बहुत 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 ज़्यादा फिल्म इंडस्ट्री ने सानू प्यार दिता। यू ब्रह्मांडा होटल कल शो से बच्चों ने छत्रपति शिवाजी अवार्ड, तो उहदे विच बच्चों को अवार्ड मिलया। और पंकज बेरी जी, पद्म श्री, अनूप जलोटा जी और होर भी बड़े बिग स्टार सी सारे, उन्होंने बच्चों के परफॉर्म बहुत लाइक किया, बहुत प्यार किया और बच्चों उन्होंने छत्रपति शिवाजी अवार्ड ना सम्मान किया। और ताडा दास एज ए समाज सेवक, जिहड़ियां मेरिया वाल्मीकि समाज प्रति अच्छिया सेवावां सी उन्होंने वेखदे हो, उन्होंने मैनू भी छत्रपति शिवाजी अवार्ड ना सम्मानित किया। मैं सबदर्शन जी की पूरी टीम का थैंक्स करदा। तो कल बहुत प्यार मिलिया वा बच्चों, मैं इंडस्ट्री को सलूट करदा कि इंडस्ट्री एड्डी अच्छी है, अच्छे आर्टिस्टों को प्यार करती है। कल बच्चों ने पूरा मतलब कि पंजाबी कह लिए जिदा मेला लुटिया ना, वो शो लुटिया, शो रिशाफ छी साडे बड़े बड़े अच्छे रिलेशन बने सारे ना, काफ़ी एक्टर्स नाल साडा अच्छी ट्यूनिंग हुई, एक दूसरे ने सानू फिल्म का भी ऑफर किया, बच्चों का गाना जल्दी फिल्म च भी आऊगा। तो तुहाडे गिल ब्रदरस सूफी सिंगर ते दसो गिल ब्रदरस कल कोर किदा दा रैश हो जी? ਤੇ ਫਿਲਮ ਇੰਡਸਟਰੀ ਦੇ ਐਕਟਰਾਂ ਨੇ ਕਿੰਨਾ ਕੁ ਪਿਆਰ ਕੀਤਾ? ਅਨੂਪ ਜਲੋਟਾ ਜੀ ਨੇ ਬਹੁਤ ਲਾਈਕ ਕੀਤੀ ਉਹਨਾਂ ਨੇ ਸਾਡੀ, ਤਾਂ ਥੈਂਕਸ ਕਰਦੇ ਉਹਨਾਂ ਦਾ ਸਾਰਿਆਂ ਦਾ, ਤੇ ਅਸੀਂ ਉਹਨਾਂ ਦਾ ਥੈਂਕਸ ਕਰਦੇ, ਉਹਨਾਂ ਨੇ ਸਾਨੂੰ ਇੰਨਾ ਪਿਆਰ ਕੀਤਾ, ਸਾਰੀ ਇੰਡਸਟਰੀ ਉੱਥੇ ਪਹੁੰਚੀ, ਬਹੁਤ ਪਿਆਰ ਦਿੱਤਾ ਉਹਨਾਂ ਨੇ, ਸਾਡੀ ਪਰਫਾਰਮੈਂਸ ਬਹੁਤ ਲਾਈਕ। ਤੁਹਾਡੀ ਪਹਿਲੀ ਇੰਡਸਟਰੀ ਦੇ ਵਿੱਚ ਐਂਟਰੀ ਹੈ, ਕਿੱਦਾਂ ਦੀ ਲੱਗੀ ਤੁਹਾਨੂੰ? ਬਹੁਤ ਸਹੀ, ਬਾਬਾ ਜੀ ਦੀ ਪੂਰੀ ਕਿਰਪਾ ਹੋਈ ਬਾਬਾ ਖੇਤਰਪਾਲ ਜੀ ਦੀ ਕਿ ਬਹੁਤ ਜ਼ਿਆਦਾ ਪਿਆਰ ਮਿਲਿਆ ਸਾਨੂੰ ਕੱਲ੍ਹ। ਰਣਵੀਰ ਜੀ ਕਿੰਨਾ ਕੁ ਪਿਆਰ ਮਿਲਿਆ ਕੱਲ੍ਹ ਆਰਟਿਸਟਾਂ ਵੱਲੋਂ? ਫਿਲਮ ਸਟਾਰਾਂ ਵੱਲੋਂ ਕਿੰਨਾ ਪਿਆਰ ਮਿਲਿਆ? ਬਹੁਤ ਜ਼ਿਆਦਾ, ਪੂਰੀ ਇੰਡਸਟਰੀ ਪਹੁੰਚੀ ਇੱਥੇ। ਤੇ ਪਿਆਰ ਕਿੰਨਾ ਦਿੱਤਾ ਤੁਹਾਨੂੰ ਉਹਨਾਂ ਨੇ? ਬੜਾ ਜ਼ਿਆਦਾ। ਤੁਹਾਡਾ ਮਨ ਖੁਸ਼ ਹੋਇਆ? ਹਾਂਜੀ। ਅੱਛਾ, ਮਜ਼ਾ ਹੀ ਆ ਗਿਆ। ਤੇ ਅੱਜ ਤੁਸੀਂ ਕਿੱਥੇ ਜਾ ਰਹੇ ਹੋ? ਅੱਜ ਸਾਡੇ ਚਾਚੂ ਜੀ ਕਪਿਲ ਸ਼ਰਮਾ ਸ਼ੋ ਉੱਥੇ ਜਾ ਰਹੇ, ਉੱਥੇ ਸਾਡਾ ਪਰਫਾਰਮੈਂਸ ਹੈ, ਸਾਨੂੰ ਉੱਥੇ ਮਿਲਦੇ। ਤੇ ਉੱਥੇ ਕੀ ਪਲਾਨ ਹੁੰਦਾ, ਕੀ ਲਾਈਵ ਹੁੰਦਾ, ਲਿਸ ਪ੍ਰਾਈਜ਼ ਹੈ, ਮੈਂ ਜਾ ਕੇ ਤੁਸੀਂ ਦੇਖਿਓ। ਹਾਂਜੀ ਸੁਣੋ ਨਾ, ਇਹ ਮੇਰੇ ਵਾਈਫ ਜੀ, ਮੈਂ ਕਾਫੀ ਵਾਰੀ ਦੱਸ ਚੁੱਕਿਆ ਤੁਹਾਨੂੰ, ਔਰ ਕੱਲ੍ਹ ਵੀ ਜਿਹੜਾ ਅਵਾਰਡ ਮਿਲਿਆ ਮਹਾਰਾਜ ਬਾਬਾ ਖੇਤਰਪਾਲ ਜੀ ਦੀ ਕਿਰਪਾ ਨਾਲ, ਸਰਕਾਰ ਦੀ ਕਿਰਪਾ ਨਾਲ, ਮੈਂ ਜੋ ਵੀ ਆਪਣੀ ਲਾਈਫ ਦੇ ਵਿੱਚ ਆਪਣੀ ਵਾਈਫ ਦੀ ਬਦੌਲਤ ਹਾਂ, ਇਹ ਮੇਰੇ ਵਜ਼ੀਰ ਸਾਹਿਬ ਨੇ, ਅਤੇ ਮੇਰੇ ਵਾਈਫ ਨਾਲ ਗੱਲ ਕਰੋ, ਇਹ ਕੱਲ੍ਹ ਕਿੰਨੇ ਖੁਸ਼ ਹੋਏ। ਹਾਂਜੀ, ਤੁਹਾਡੇ ਬੱਚਿਆਂ ਨੂੰ ਕੱਲ੍ਹ ਕਿੰਨਾ ਕੁ ਪਿਆਰ ਮਿਲਿਆ ਜੀ? ਬਹੁਤ ਪਿਆਰ ਮਿਲਿਆ ਸਭ, ਬਾਬਾ ਖੇਤਰਪਾਲ ਜੀ ਦੀ ਕਿਰਪਾ, ਕਿਉਂਕਿ ਬੱਚਿਆਂ ਨੇ ਪੂਰੀ ਇੰਡਸਟਰੀ ਨੇ ਹੀ ਲਾਈਕ ਕੀਤਾ, ਬੱਚਿਆਂ ਨੇ ਜਿੰਨੇ ਵੀ ਉੱਥੇ ਐਕਟਰ ਸੀਗੇ, ਐਕਟਰਸ ਸੀਗੀਆਂ, ਅਤੇ ਸਾਰਿਆਂ ਨੇ ਬਹੁਤ ਲਾਈਕ ਕੀਤਾ ਬੱਚਿਆਂ ਨੂੰ, ਬੱਚਿਆਂ ਦਾ ਸੌਂਗ ਬਹੁਤ ਜ਼ਿਆਦਾ ਲਾਈਕ ਕੀਤਾ, ਇਹ ਸਭ ਮੇਰੇ ਬਾਬਾ ਖੇਤਰਪਾਲ ਜੀ ਦੀ ਕਿਰਪਾ ਹੈ। ਅਸੀਂ ਬਾਬਾ ਖੇਤਰਪਾਲ ਜੀ ਦਾ ਬਹੁਤ ਬਹੁਤ ਹਜ਼ਾਰ ਅਰਬ ਕਰੋੜ ਖਰਬ ਵਾਰੀ ਥੈਂਕਸ ਕਰਦੇ ਉਹਨਾਂ ਨੂੰ, ਸਾਡੇ 'ਤੇ ਇੱਦਾਂ ਹੀ ਆਪਣੀ ਕਿਰਪਾ ਬਣਾਈ ਰੱਖੀ। ਤੁਹਾਡੀ ਇੰਡਸਟਰੀ ਦੇ ਵਿੱਚ ਤੁਹਾਡੇ ਬੱਚਿਆਂ ਦੀ ਪਹਿਲੀ ਐਂਟਰੀ ਹੈ, ਅਤੇ ਕਿੱਦਾਂ ਦੀ ਐਂਟਰੀ ਲੱਗੀ, ਰਿਸਪੋਂਸ ਕਿੱਦਾਂ ਦਾ ਲੱਗਾ? ਮੁੰਬਈ ਜੰਮੀ ਕਿ ਨਹੀਂ ਜੰਮੀ ਹਾਲੇ? ਬਹੁਤ ਵਧੀਆ ਰਿਸਪੋਂਸ, ਜੰਮ ਗਈ ਹੈ, ਅਤੇ ਅੱਧੀ ਕੁ ਜੰਮ ਗਈ, ਅੱਧੀ ਕੁ ਹੋਰ ਜੰਮ ਜਾਣੀ ਹੈ। ਅਤੇ ਮੈਂ ਤੁਹਾਨੂੰ ਦੱਸ ਦਿਆਂ ਵੀਰ ਜੀ, ਬੱਚੇ ਤੁਹਾਡਿਆਂ ਨੂੰ ਇੱਕ ਦੋ ਫਿਲਮਾਂ ਦੀ ਵੀ ਆਫਰ ਆਈਆਂ, ਫਾਈਨਲ ਹੋਇਆ ਕਿ ਬੱਚੇ ਆਪਣੇ ਗੇਟ ਨੰਬਰ 7 ਜਲਦੀ ਆਪਣਾ ਫਿਲਮ ਦੇ ਵਿੱਚ ਗਾਉਣਗੇ, ਠੀਕ ਹੈ ਜੀ? ਤਾਂ ਓਕੇ ਜੀ, ਅਸੀਂ ਬੰਬੇ ਹਾਂ, ਫਿਲਮ ਸਿਟੀ ਗੋਰੇਗਾਂਵ ਪਹੁੰਚ ਗਏ ਹਾਂ, ਅਤੇ ਗੋਰੇਗਾਂਵ ਪਹੁੰਚ ਗਏ ਫਿਲਮ ਸਿਟੀ, ਹਾਂ ਥੋੜ੍ਹਾ ਤੁਹਾਨੂੰ ਫਿਲਮ ਸਿਟੀ ਦਾ ਦਿਖਾਉਂਦੇ ਹਾਂ ਆਪਾਂ ਗੋਰੇਗਾਂਵ ਦਾ। ਅਤੇ ਕਪਿਲ ਮੇਰਾ ਬੜਾ ਪੁਰਾਣਾ ਸੱਜਣ ਹੈ, ਮੇਰਾ ਵੀਰ ਹੈ, ਬੜਾ ਪੁਰਾਣਾ ਮੇਰਾ ਪਿਆਰ ਹੈ ਕਪਿਲ ਦੇ ਨਾਲ, ਅਤੇ ਉਹਨਾਂ ਨੂੰ ਪਤਾ ਲੱਗਾ ਸੀਗਾ ਵੀ ਬੱਚੇ ਇੱਥੇ ਆਏ ਨੇ, ਤਾਂ ਕਹਿੰਦੇ ਬੱਚਿਆਂ ਨੂੰ ਸ਼ੋਅ ਦਿਖਾਉਣ ਲਈ ਤੁਸੀਂ ਲੈ ਕੇ ਆਓ ਨਾਲ, ਅਤੇ ਦੇਖਦੇ ਉੱਥੇ ਕੀ ਹੁੰਦਾ ਹੁਣ, ਅਤੇ ਜੋ ਹੋਊਗਾ ਬਾਬਾ ਖੇਤਰਪਾਲ ਜੀ ਦੀ ਕਿਰਪਾ ਨਾਲ ਵਧੀਆ ਹੋਊਗਾ। ਅਤੇ ਬੱਚੇ ਤੁਹਾਡੇ ਹੁਣ ਕਰਨਗੇ ਆਪਣੀ ਸ਼ੋਅ ਦੇ ਵਿੱਚ, ਅਤੇ ਅਸੀਂ ਹੁਣ ਬੰਬੇ ਫਿਲਮ ਸਿਟੀ ਪਹੁੰਚੇ ਗੋਰੇਗਾਂਵ, ਅਤੇ ਇੱਕ ਦੋ ਮੀਟਿੰਗਾਂ ਕੱਲ੍ਹ ਵੀ, ਔਰ ਕੱਲ੍ਹ ਇੰਨਾ ਪਿਆਰ ਮਿਲਿਆ ਇੱਕ ਦੋ ਸਟਾਰਾਂ ਨੇ, ਪੰਕਜ ਬੇਰੀ ਜੀ ਨੇ, ਹੋਰ ਵੀ ਇੱਕ ਦੋ ਲੇਡੀਜ਼ ਐਕਟਰਸ ਦੀਆਂ ਵੱਡੀਆਂ, ਉਹਨਾਂ ਨੇ ਸਾਡਾ 24 ਤਰੀਕ ਨੂੰ ਖਾਣਾ ਖੁਣਾ ਰੱਖਿਆ ਵਾ, ਔਰ ਮਹਿਫਲਾਂ ਮੁਫਲਾਂ ਵੀ ਸਾਡੀਆਂ ਕਰਵਾ ਰਹੇ ਨੇ ਇੱਥੇ। ਅਤੇ ਬੰਬੇ ਦਾ ਟੂਰ, ਥੈਂਕਸ ਬਲੈਸਿੰਗ ਬਾਬਾ ਜੀ, ਬਾਬਾ ਖੇਤਰਪਾਲ ਜੀ ਔਰ ਸ਼੍ਰੀ ਗੁਰੂ ਬਾਬਾ ਖੇਤਰਪਾਲ ਜੀ, ਮਾਂ ਕਾਲੀ ਜੀ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਮੈਂ ਥੈਂਕਸ ਕਰਦਾ, ਜਿਨ੍ਹਾਂ ਦੇ ਕਰਮ ਸਦਕੇ ਸਾਨੂੰ ਅੱਜ ਸਾਡੀ ਪਹਿਲੀ ਇੰਡਸਟਰੀ ਬੰਬੇ ਦੇ ਵਿੱਚ ਧਮਾਕੇਦਾਰ ਸਾਡੀ ਜਿਹੜੀ ਐਂਟਰੀ ਇੰਡਸਟਰੀ ਦੇ ਵਿੱਚ ਹੋਈ ਹੈ। ਓਕੇ ਜੀ, ਜੈ ਬਾਬਾ ਖੇਤਰਪਾਲ ਜੀ। ਫਿਲਮ ਸਿਟੀ 'ਚ ਘੁੰਮ ਰਹੇ ਹਾਂ,
ओके कर दो बस ठीक है।